ਇਹ ਜਨਾਬ ਅਸਾਂ ਨਿਕਲੇ ਹਾਂ ਜਨਾਬ ਘਰੋਂ ਹੁਣ ਅਤੇ ਜਨਾਬ ਸਾਹਿਬ ਕੱਲ੍ਹ ਤੁਹਾਨੂੰ ਦੱਸਿਆ ਸੀ ਕਿ ਜਨਾਬ ਸਾਡੇ ਵਾਲਦ ਸਾਹਿਬ ਜਨਾਬ ਵਾਪਸ ਆਏ ਰਹੇ ਇੰਗਲੈਂਡ ਤੋਂ ਵਾਪਸ ਆਏ ਰਹੇ ਅੱਜ ਤਾਂ ਜਨਾਬ ਅਸਾਂ ਉਹਨਾਂ ਕੀ ਕਿੰਨੇ ਵਾਸਤੇ ਜਾ ਰਹੇ ਹਾਂ ਫਲਾਈਟ ਥੋੜ੍ਹੀ ਲੇਟ ਹੋਈ ਹੈ ਅਤੇ ਇਸ ਵਜ੍ਹਾ ਤੋਂ ਥੋੜ੍ਹੇ ਲੇਟ ਅਸਾਂ ਘਰੋਂ ਨਿਕਲੇ ਹਾਂ ਅਤੇ ਜਨਾਬ ਹੁਣ ਅਸਾਂ ਜਾ ਹੀ ਰਹੇ ਹਾਂ ਨਿਊ ਇਸਲਾਮਾਬਾਦ ਇੰਟਰਨੈਸ਼ਨਲ ਏਅਰਪੋਰਟ ਖਾੜੇ ਤੋਂ ਸਾਡਾ ਜਨਾਬ ਸਫ਼ਰ ਸ਼ੁਰੂ ਹੈ ਅਤੇ ਮੈਂ ਤਾਂ ਜਨਾਬ ਮੇਰੇ ਵੱਡੇ ਭਾਈ ਜਨਾਬ ਵਕੀਲ ਸਾਹਿਬ ਗੱਡੀ ਡਰਾਈਵ ਕਰ ਰਹੇ ਨਾ ਤੱਕਣੇ ਉਸ ਜਨਾਬ ਕੋਬਰਾ ਬ੍ਰਿਜ ਤੋਂ ਗੁਜ਼ਰੀ ਅਤੇ ਅੱਲਾਹ ਖੈਰੋ ਖੈਰ ਕੀਤੀ ਅਤੇ ਆਪਣੇ ਸਫ਼ਰ ਦੀ ਤਰਫ ਜਨਾਬ ਲਈ ਜਾ ਰਹੇ ਹਾਂ ਅਤੇ ਇਨਸ਼ਾਅੱਲਾ ਕੋਸ਼ਿਸ਼ ਹੈ ਜਨਾਬ ਕਿ ਜਿੱਥੇ ਜਿੱਥੇ ਅਸਾਂ ਮੌਕਾ ਮਿਲ ਸੀ ਅਤੇ ਵੀਡੀਓ ਸ਼ੀਡੀਓ ਬਣਾ ਸਾਂ ਜਨਾਬ ਬਿਲੋ ਮੁਕੰਮਲ ਸੋ ਕਿ ਜਨਾਬ ਦੱਸਣਾ ਅੱਜ ਅਸਾਂ ਇਨਸ਼ਾਅੱਲਾ ਖਾੜਕ ਤੋਂ ਲੈ ਕੇ ਤਾਂ ਇਸਲਾਮਾਬਾਦ ਏਅਰਪੋਰਟ ਦੀਆਂ ਜਨਾਬ ਅਤੇ ਖਾੜਕ ਵੀ ਜਨਾਬ ਸਾਡਾ ਇੱਕ ਕਿਸਮ ਦਾ ਏਅਰਪੋਰਟ ਹੀ ਇੱਥੇ ਕੋਬਰਾ ਬ੍ਰਿਜ ਹੈ ਜਨਾਬ ਬਹੁਤ ਬੜਾ ਜਿਹੜਾ ਜਨਾਬ ਕਿਸੇ ਤਾਰਫ ਨੂੰ ਮੁਹਤਾਜ ਨਹੀਂ ਹੈ ਅਤੇ ਜਨਾਬ ਇਸ ਲਈ ਉਸਨੇ ਠਾਠਾ ਮਾਰਤਾ ਸਮੁੰਦਰ ਜਨਾਬ ਹਾਜ਼ਰ ਹੈ ਅਤੇ ਇਹ ਜਨਾਬ ਤੱਕਣੇ ਉਸ ਕਿ ਗਈਆਂ ਵਗੈਰਾ ਰੋਡਾਂ ਖਲਤੀਆਂ ਲੋਕ ਜਨਾਬ ਜਿਹੜੇ ਮਾਲ ਮਵੇਸ਼ੀ ਰੱਖਣੇ ਉਹਨਾਂ ਨਾਲ ਕੰਮ ਬਣਨਾ ਕਿ ਇਹਨਾਂ ਕਿ ਸਾਹਮਣਾ ਲੇਕਿਨ ਲੋਕ ਸਾਹਮਣੇ ਕੌਣ ਜਨਾਬ ਅਤੇ ਕਿਸੇ ਨਾ ਕਿਸੇ ਵਕਤ ਜਨਾਬ ਇਹ ਬੜੇ ਹਾਦਸੇ ਨਾਲ ਸਬਬ ਬਣੀ ਸਕਣੇ ਅਤੇ ਜਨਾਬ ਲੋਕਾਂ ਖਿੱਚੇ ਹੀ ਨਾ ਕਿ ਆਪਣਾ ਮਾਲ ਮਵੇਸ਼ੀ ਸਾਹਮਣ ਕਿਉਂਕਿ ਇਸ ਤਰ੍ਹਾਂ ਮੰਗਲਾ ਡੈਮ ਦੀ ਸਤਾ ਵੀ ਜਿਹੜਾ ਕਾਫੀ ਬੁਲੰਦ ਹੋ ਰਹੀ ਹੈ ਅਤੇ ਉਹ ਜਨਾਬ ਤੱਕਣੇ ਉਸ ਚੜ੍ਹੀ ਆਏ ਹਾਂ ਜਨਾਬ ਕੋਬਰਾ ਬ੍ਰਿਜ ਪਰ ਅਤੇ ਇਸਨੇ ਜੋ ਜੋ ਅੱਗੇ ਜਾਓ ਜਨਾਬ ਅਤੇ ਠਾਠੇ ਮਾਰਤਾ ਪਾਉਣੀਆਂ ਸਮੁੰਦਰ ਜਨਾਬ ਉਹ ਸਾਂਗ ਨਜ਼ਰ ਆਓ ਸੀ ਉਹ ਵੀ ਉਸਨੂੰ ਵਿਜ਼ਿਟ ਵੀ ਤੁਸਾਂ ਕੀ ਕਰਾ ਸਾਂ ਜਨਾਬ ਜਿਹੜਾ ਕਦਰ ਨੁਸਾਂ ਤੱਕਿਆ ਹੋ ਸੀ ਅਤੇ ਬੱਲੇ ਬੱਲੇ ਜਨਾਬ ਜਾ ਹੀ ਰਹੇ ਹਾਂ ਅਤੇ ਤੁਸਾਂ ਕਿ ਪੂਰੀ ਮੁਕੰਮਲ ਅੱਜ ਵੀਡੀਓ ਇਨਸ਼ਾਅੱਲਾ ਦੱਸਾਂ ਇਹ ਜਨਾਬ ਕੋਬਰਾ ਬ੍ਰਿਜ ਨੇ ਆਪਣੂੰ ਜਾ ਹੀ ਰਹੇ ਜਨਾਬ ਤੱਕ ਹਾਂ ਅਤੇ ਜਨਾਬ ਕਿਸ ਤਰ੍ਹਾਂ ਡਿਜ਼ਾਇਨਿੰਗ ਹੋਈ ਹੈ ਇਸਨੇ ਉੱਪਰ ਅੱਜ ਜਨਾਬ ਸਿੰਘ ਨਾਈਟ ਵੀ ਹੈ ਅਸਾਂ ਦੱਸਣ ਲੱਗੇ ਹਾਂ ਦਿਹਾੜੀ ਨਹੀਂ ਵੀਡੀਓ ਤਾਂ ਸਾਨੂੰ ਬੰਨਣ ਦੀਆਂ ਬਹੁਤ ਅੱਖੀਆਂ ਹੋ ਸਨ ਅੱਜ ਜਨਾਬ ਸੋਚ ਮੁਕੰਮਲ ਅਸਾਂ ਨਾਈਟ ਵੀ ਹੈ ਦੱਸਣ ਲੱਗੇ ਹਾਂ ਤੱਕ ਹਾਂ ਉਸ ਤੋਂ ਬਾਅਦ ਜਨਾਬੇ ਵਾਲਾ ਜਿਹੜੇ ਸਰੂਟ ਇੱਥੇ ਮੋਲੇ ਜਨਾਬੇ ਵਾਲਾ ਵਿਊ ਪੁਆਇੰਟ ਤਾਂ ਬਣਿਆ ਲੇਕਿਨ ਇਹ ਖਤਰੇ ਤੋਂ ਖਾਲੀ ਨਹੀਂ ਜਨਾਬ ਕਿਉਂਕਿ ਜਨਾਬ ਪਾਣੀ ਮੰਗਲਾ ਡੈਮ ਨਾਲ ਜਿਹੜਾ ਚੜਿਆ ਹੋਇਆ ਅਤੇ ਇਸੇ ਵਜ੍ਹਾ ਤੋਂ ਜਿਹੜੀ ਕੋਈ ਚੀਜ਼ ਮਤਲਬ ਬਾਹਰ ਵਾਲੀਆਂ ਚੀਜ਼ਾਂ ਸਾਰੀਆਂ ਜਨਾਬ ਲੈਂਦਾ ਚੜ੍ਹਦਾ ਸਾਰਾ ਜਨਾਬ ਮੌਜੂਦ ਹਨ ਅਤੇ ਕੋਈ ਪਤਾ ਨਹੀਂ ਹੋਣਾ ਸਖਤੀ ਦਾ ਇਸਦਾ ਗੱਡੀ ਗੱਲ ਨਾ ਕਰਿਆ ਕੋਈ ਚੀਜ਼ ਆਈ ਜਾਏ ਜਨਾਬ ਅਤੇ ਉਹ ਮੁਕੰਮਲ ਤੌਰ 'ਤੇ ਜਨਾਬ ਡੈਮੇਜ ਕਰੀ ਜਾਂਦੀ ਹੈ ਅਤੇ ਜਨਾਬ ਇਹਨਾਂ ਨਾਲ ਵੀ ਹੱਲ ਕੀਤਾ ਗਿਆ ਕਈਆਂ ਵੀ ਅਛੀਆਂ ਜਨਾਬ ਉਸ ਤੋਂ ਬਾਅਦ ਗਿੱਦੜ ਵਗੈਰਾ ਹੋਰ ਬੇਸ਼ੁਮਾਰ ਜਾਨਵਰ ਹਨ ਇਹਨਾਂ ਦੇ ਵਿੱਚ ਕਈ ਛੁੱਪੇ ਹੋਣੇ ਜਨਾਬ ਅਤੇ ਖਾਸ ਕਰਕੇ ਰਾਤੀ ਬੜਾ ਖਤਰਨਾਕ ਸਿਸਟਮ ਹੈ ਅਤੇ ਅਲੀ ਹੈ ਜਨਾਬ ਗਰਮ ਕਰੇ ਅਤੇ ਅਸਾਂ ਸਫ਼ਰ ਜਨਾਬ ਸ਼ੁਰੂ ਹੈ ਅਤੇ ਇਨਸ਼ਾਅੱਲਾ ਜਗ੍ਹਾ ਜਗ੍ਹਾ ਦੀ ਵੀਡੀਓ ਇਨਸ਼ਾਅੱਲਾ ਤੁਹਾਡੀ ਬਣਾਈ ਅਤੇ ਅਸਾਂ ਦੱਸਾਂ ਅਤੇ ਫਿਰ ਜਨਾਬ ਏਅਰਪੋਰਟ ਪਰ ਜਿਹੜਾ ਵਾਲਦ ਸਾਹਿਬ ਆ ਸਨ ਅਤੇ ਉਹਨਾਂ ਨੇ ਵੀਡੀਓ ਬਣਾ ਸਕਦੇ ਜਨਾਬ ਉਹ ਵੀ ਤੁਹਾਨੂੰ ਦੱਸਾਂ ਇਨਸ਼ਾਅੱਲਾ ਇਹ ਜਨਾਬ ਅਸਾਂ ਆ ਹੀ ਗਏ ਮੰਗਲਾ ਪੁੱਲ 'ਤੇ ਇਹ ਜਨਾਬ ਲਾਲਾ ਸ਼ਰਤ ਕਾਹ ਚੈੱਕ ਕਰਨੇ ਪਹਿਲਾਂ ਕੀ ਹਾਲ ਹੈ ਠੀਕ ਹੋ ਸਿੱਧਾ ਠੀਕ ਹਨ ਮਾਸ਼ਾਅੱਲਾ ਜਿਹੜੇ ਤੱਕੋ ਜੀ ਡਿਊਟੀ ਦੇ ਰਹੇ ਆਪਣੀ ਅਲਹਮਦੁਲਿਲਾ ਅਤੇ ਬੜੇ ਚੰਗੇ ਤਰੀਕੇ ਜਨਾਬ ਇਹ ਬੜੀ ਅੱਛੀ ਚੀਜ਼ ਹੈ ਕਿ ਜਨਾਬ ਸ਼ਰਾਤੀ ਕਾਰਡ ਚੈੱਕ ਹੋਈ ਗਿਆ ਅਸਾਂ ਪੁੱਲ ਕ੍ਰਾਸ ਕਰੀ ਗਏ ਜਨਾਬ ਸਮ ਟਾਈਮ ਬੰਦੇ ਹੋਣੇ ਜਨਾਬ ਸਮਝਣੇ ਕਿ ਪੁਲਿਸ ਵਾਲਿਆਂ ਸਾਡਾ ਸ਼ਰਾਤੀ ਕਾਰਡ ਚੈੱਕ ਕੀਤਾ ਉਹ ਤੋਂ ਇੰਨੇ ਸਾਡੀ ਲੇਕਿਨ ਉਹ ਤੋਂ ਇੰਨੀ ਹੋਣੀ ਉਹ ਇਹ ਚੀਜ਼ ਹੈ ਕਿ ਹੁਣ ਤੱਕ ਅਸਾਂ ਜਨਾਬ ਇੱਧਰ ਆਏ ਹੁਣ ਤਾਂ ਅੱਲਾ ਨਾ ਕਰੇ ਪਿੱਛੇ ਉਹ ਮਤਲਬ ਹੈ ਸਾਡੇ ਵੀਰਭਰ ਜੀ ਆ ਗਿਆ ਪਿੱਛੇ ਕੋਈ ਵਾਰਦਾਤ ਹੋਣੀ ਹੈ ਕੋਈ ਜਨਾਬ ਮੁਲਵਸ ਆਹਣ ਜੀ ਬੰਦਾ ਮੁਲਵਸ ਹੈ ਨਾਲ ਹੀ ਉੱਥੇ ਸੀ ਤਾਂ ਜਨਾਬ ਇਹ ਸਾਡੇ ਕੋਲ ਰਿਕਾਰਡ ਹੈ ਇੱਥੇ ਕਿ ਜਨਾਬ ਕਿ ਅਸਾਂ ਇਸ ਟਾਈਮ ਪਰ ਅਸਾਂ ਪਾਕਿਸਤਾਨ ਏਰੀਏ ਅਸਾਂ ਬਲਕਿ ਕਸ਼ਮੀਰ ਏਰੀਏ 'ਚ ਨਾ ਸਕੋ ਜਨਾਬ ਬੜੀ ਅੱਛੀ ਚੀਜ਼ ਹੈ ਜਨਾਬ ਤੱਕਣੇ ਸੋ ਮੰਗਲਾ ਪੁੱਲ ਅਸਾਂ ਕ੍ਰਾਸ ਕਰੀ ਰਹੇ ਜਨਾਬ ਇਹ ਜਨਾਬ ਮੰਗਲਾ ਕੰਟਰੀ ਕੋਲ ਹਾਂ ਜਨਾਬ ਅਸਾਂ ਜਨਾਬ ਮਾਸ਼ਾਅੱਲਾ ਸਫ਼ਰ ਸ਼ੁਰੂ ਹੈ ਜਨਾਬ ਰੋਡ ਸ਼ੋਡ ਪੱਟੇ ਆ ਕੇ ਜਨਾਬ ਜੰਪ ਨਵਾਂ ਬਣਾਈ ਰਹੇ ਇੱਥੇ ਅਤੇ ਜਨਾਬ ਇੱਧਰ ਸੀ ਐੱਮ ਐੱਚ ਹਸਪਤਾਲ ਵੀ ਹੈ ਜਨਾਬ ਮੰਗਲਾ ਦਾ ਜਨਾਬ ਅਸਾਂ ਤੱਕੜੇ ਉਸ ਜਨਾਬ ਬੋਰਡ ਲਗਾਇਆ ਜਨਾਬ ਆਈ ਲਵ ਜੀਨਾ ਕਿਉਂਕਿ ਜਨਾਬ ਸਾਡੀ ਪੈਦਾਇਸ਼ ਇੱਥੇ ਹੈ ਜਨਾਬ ਚੈੱਕ ਕਰੋ ਹਾਂ ਇਹ ਸਾਡਾ ਨਾਨਕਾ ਗਰਾਂ ਜਨਾਬ ਅਤੇ ਮਾੜੀ ਦਾ ਜਨਾਬ ਪੈਦਾਇਸ਼ ਵੀ ਇੱਥੇ ਨਹੀਂ ਹੈ ਜਨਾਬ ਜੀਨੇ ਨਹੀਂ ਅਤੇ ਜਨਾਬ ਹੁਣ ਅਸਾਂ ਜੀਨਾ ਕ੍ਰਾਸ ਕਰੀ ਰਹੇ ਜੀ ਇਹ ਜਨਾਬ ਤੱਕੜੇ ਉਸ ਹੋ ਕੇ ਜਨਾਬ ਮੀਰਪੁਰ ਨਾਲ ਬੋਰਡ ਸਾਹਮਣੇ ਲੱਗਿਆ ਜਨਾਬ ਅਸਾਂ ਜਨਾਬ ਲਈ ਬਈ ਵਾਪਸ ਆਈ ਗਏ ਹਾਂ ਘਰ ਜਾ ਰਹੇ ਹਾਂ ਵਾਪਸ ਜਨਾਬ ਅਤੇ ਸਾਡੇ ਵਾਲਦ ਸਾਹਿਬ ਜਨਾਬ ਅੱਜ ਪਾਕਿਸਤਾਨ ਨਹੀਂ ਆਏ ਕਿਉਂਕਿ ਉਹਨਾਂ ਦੀ ਫਲੈਟ ਜਿਹੜੀ ਆ ਉਹ ਮਿਸ ਹੋਈ ਹੈ ਅਤੇ ਜਨਾਬੇ ਵਾਲਾ ਇਸ ਲਈ ਉਹ ਦੁਬਈ
ਤੇ ਕਿਉਂਕਿ ਫਲਾਈਟ ਉਹਨਾਂ ਨੇ ਇੰਗਲੈਂਡ ਤੋਂ ਜਨਾਬ ਕੋਲ 3 ਘੰਟੇ ਲੇਟ ਸੀ, ਸਾਡੇ ਸੰਗੀ ਵੀਡੀਓ ਦੱਸਿਆ ਸੀ ਕਿ ਫਲਾਈਟ ਜਨਾਬ ਲੇਟ ਹੋਈ ਹੈ ਅਤੇ ਦੁਬਈ ਜਨਾਬ ਫਲਾਈਟ ਮਿਸ ਹੋਈ ਗਈ ਅਗਲੀ, ਅਤੇ ਉਹ ਜਨਾਬ ਉਹ ਅੱਜ ਪਾਕਿਸਤਾਨ ਕੋਲ ਨਹੀਂ ਆਏ ਅਤੇ ਕੱਲ੍ਹ ਜਨਾਬ ਇਸੇ ਟਾਈਮ ਨਾਲ ਜਿਸ ਟਾਈਮ ਨਾਲ ਅੱਜ ਫਲਾਈਟ ਸੀ ਨੇ ਉਸੇ ਟਾਈਮ ਹੁਣ ਕੱਲ੍ਹ ਜਨਾਬ ਲਈ ਉਹ ਪਾਕਿਸਤਾਨ ਵਸਣ ਅਤੇ ਉਹ ਜਨਾਬ ਕੱਲ੍ਹ ਸੰਗੀ ਮਜ਼ੀਦ ਇਨਸ਼ਾਅੱਲਾ ਵੀਡੀਓ ਦੱਸਾਂ ਇਹ ਤੱਕਣੇ ਉਸ ਜਨਾਬ ਮੰਗਲਾ ਪੁੱਲ ਅਸਾਂ ਵਾਪਸ ਕ੍ਰਾਸ ਕਰਨ ਲੱਗੇ ਹੋਏ ਹਾਂ, ਵਾਪਸ ਜਾ ਰਹੇ ਹਾਂ ਆਪਣੇ ਘਰ ਵਾਲੀ ਤਰਫ ਜਨਾਬ, ਅਤੇ ਇਨਸ਼ਾਅੱਲਾ ਕੱਲ੍ਹ ਜਨਾਬ ਜਿਹੜਾ ਜਾਸਾਂ ਫਿਰ ਏਅਰਪੋਰਟ ਇਸੇ ਟਾਈਮ ਨਾਲ, ਅਤੇ ਜਨਾਬ ਇਨਸ਼ਾਅੱਲਾ ਸੋਚੇ ਵੀਡੀਓ ਬਣਾਈ ਅਤੇ ਦੱਸਾਂ ਏਅਰਪੋਰਟ ਹੈ ਜੀ ਹਾਂ ਜਨਾਬ, ਅਤੇ ਜਿਹੜਾ ਵਾਲਦ ਸਾਹਿਬ ਵਾਪਸ ਹਨ ਉਹਨਾਂ ਨੇ ਵੀਡੀਓ ਬਣਾਉਣ ਦੱਸਾਂ, ਮੈਂ ਕਹੀਆਂ ਤਾਂ ਕੋਈ ਜਨਾਬ ਪੁੱਲ 'ਤੇ ਜਨਾਬ ਕ੍ਰਾਸ ਕਰੀ ਗਈ ਹੈ, ਇਸ ਲਈ ਇਹ ਜਨਾਬ ਕਸ਼ਮੀਰ ਨੂੰ ਜਾ ਰਹੇ ਹਾਂ ਪਾਕਿਸਤਾਨ ਦੇ ਲਈ, ਅਤੇ ਜਨਾਬ ਅਸਾਂ ਜਿਸ ਤਰ੍ਹਾਂ ਕਿ ਤੱਕਣੇ ਉਸ ਹੋ ਕੇ ਪਾਕਿਸਤਾਨ ਏਰੀਆ ਕ੍ਰਾਸ ਕਰੀਦਾ ਹੈ, ਅਤੇ ਆਪਣਾ ਜਨਾਬ ਵਾਪਸ ਕਸ਼ਮੀਰ ਨਾਲ ਏਰੀਆ ਜਨਾਬ ਅਸਾਂ ਜਨਾਬ ਉੱਥੇ ਆਈਏ ਹਾਂ, ਇਹ ਮੰਗਲਾ ਪੁੱਲ ਅਸਾਂ ਜਨਾਬ ਕ੍ਰਾਸ ਕਰੀ ਰਿਹਾ ਜੀ। ਜਨਾਬ ਉਹਨਾਂ ਨੂੰ ਪਤਾ ਭਾਈ ਮੰਦਰ ਹੈਗੇ ਨਾ, ਤਾਂ ਕੋਈ ਜਨਾਬ ਅਸਾਂ ਆਈ ਗਏ ਹਾਂ ਮੰਗਲਾ ਪੁੱਲ ਕ੍ਰਾਸ ਕਰੀਦਾ ਜਨਾਬ, ਅਤੇ ਜਨਾਬ ਅੱਲਾਹ ਪਾਕ ਖੈਰ ਕੀਤੀ ਤਾਂ ਕੱਲ੍ਹ ਇਨਸ਼ਾਅੱਲਾ ਮਜ਼ੀਦ ਸੌਂਕੀ ਵੀਡੀਓ ਅਸਾਂ ਦੱਸਾਂ ਜੀ।